ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਬਜ਼ੀ ਦਾ ਵੀਰ ਗੁਰਪ੍ਰੀਤ ਸਿੰਘ ਪੱਲਾ ਅੱਜ ਆਪ ਸਬਜ਼ੀ ਦੇ ਸਾਹਮਣੇ ਸਿੰਪਲ ਦਸਤਾਰ ਬਣਨ ਦੇ ਟਿਊਟੋਰੀਅਲ ਨੂੰ ਲੈ ਕੇ ਆਇਆ ਅਤੇ ਕਲਗੀ ਵਾਲਾ ਲੜ ਕਿਵੇਂ ਲਗਾਈਦਾ ਉਹ ਦੱਸਣ ਜਾ ਰਿਹਾ ਹਾਂ। ਅਗਰ ਆਪ ਸਬਜ਼ੀ ਨੂੰ ਇਹ ਵੀਡੀਓ ਵੇਖਣ ਤੋਂ ਬਾਅਦ ਲੱਗੇ ਕਿ ਆਪ ਸਬਜ਼ੀ ਦੇ ਵੀਡੀਓ ਕੰਮ ਆਇਆ ਹੈ ਤਾਂ ਇਸ ਵੀਡੀਓ ਦੇ ਵਿੱਚ ਕਈ ਐਸੀਆਂ ਇਨਫੋਰਮੇਸ਼ਨਾਂ ਨੇ ਜਿਨ੍ਹਾਂ ਨਾਲ ਆਪ ਦੀ ਦਸਤਾਰ ਦੇ ਵਿੱਚ ਸੁਧਾਰ ਆ ਸਕਦਾ ਹੈ ਜਾਂ ਆਪਣੇ ਕਿਸੇ ਦੋਸਤ ਜਾਂ ਮਿੱਤਰ ਜਾਂ ਕਿਸੇ ਦੇ ਦੋਸਤ ਦੇ ਬੱਚਿਆਂ ਨੂੰ ਇਹ ਪੱਗ ਦਾ ਦਸਤਾਰ ਵੀਡੀਓ ਫਾਰਵਰਡ ਕਰਕੇ ਉਹ ਪੱਗ ਬੰਨਣਾ ਸਿੱਖ ਸਕਦੇ ਨੇ। ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਸਬਸਕ੍ਰਾਈਬ ਕਰਿਓ। ਆਪ ਸਬਜ਼ੀ ਦੇ ਸਬਸਕ੍ਰਾਈਬ ਕਰਨ ਦੇ ਨਾਲ ਅਤੇ ਲਾਈਕ ਕਰਨ ਦੇ ਨਾਲ ਮੇਰੇ ਵਰਗੇ ਵੀਰ ਦਾ ਹੌਸਲਾ ਵੱਧਦਾ ਹੈ ਅਤੇ ਅੱਗੇ ਹੋਰ ਵੀਡੀਓ ਬਣਾਉਣ ਦਾ ਵੀ ਮਨ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਮੈਂ ਆਪ ਸਬਜ਼ੀ ਦਾ ਵੀਰ ਗੁਰਪ੍ਰੀਤ ਸਿੰਘ ਪੱਲਾ ਅਤੇ ਅੱਜ ਆਪ ਸਬਜ਼ੀ ਵਾਸਤੇ ਇੱਕ ਸਿੰਪਲ ਦਸਤਾਰ ਦੀ ਟਿਊਟੋਰੀਅਲ ਲੈ ਕੇ ਆਇਆ ਸੀ। ਜਿਵੇਂ ਕਿ ਦੇਖ ਰਹੇ ਹੋ ਆਪ ਸਬਜ਼ੀ ਨੂੰ ਮੈਂ ਫਸਟ ਸਟੈਪ ਤੋਂ ਲੈ ਕੇ ਆਰਾਮ ਆਰਾਮ ਦੇ ਨਾਲ ਸਾਰਾ ਵੀਡੀਓ ਸਮਝਾਇਆ ਹੈਗਾ ਅਤੇ ਇਹਦੇ ਵਿੱਚ ਤਕਰੀਬਨ ਪੱਗ ਬਿਨਾਂ ਪਾਣੀ ਲਗਾਏ ਮੈਂ ਪੂਰੀ ਪੱਗ ਬੰਨੀ ਹੈ। 7.5 meter ਦੀ ਪੱਗ ਲੈ ਕੇ ਮੈਂ ਥੋੜ੍ਹੀ ਜਿਹੀ ਉਹਦੇ ਅੱਗੋਂ 50 ਕੱਟ ਲੈਂਦਾ, ਤਕਰੀਬਨ 7.25 meter ਦੀ ਫੁੱਲ ਬੋਇਲ ਦੀ ਪੱਗ ਦੇ ਨਾਲ ਇਹ ਦਸਤਾਰ ਬੰਨੀ ਗਈ ਹੈ। ਅਤੇ ਆਪ ਅਗਰ ਕੰਬੀਨੇਸ਼ਨ ਦੇਖੋ ਤਾਂ ਜਿੱਦਾਂ ਇਹ ਔਰੇਂਜ ਕੰਬੀਨੇਸ਼ਨ ਹੈਗਾ ਮੇਰਾ, ਇਹਦੇ ਨਾਲ ਮੈਂ ਔਰੇਂਜ 50 ਦਾ ਕੰਬੀਨੇਸ਼ਨ ਕਰ ਲਿਆ ਹੈ, ਪਰ ਮੈਂ ਇੱਕ ਸ਼ਰਟ ਚੇਂਜ ਕਰਕੇ ਆਪ ਜੀ ਨੂੰ ਇੱਕ ਹੋਰ ਸ਼ਰਟ ਦਾ ਕੰਬੀਨੇਸ਼ਨ ਵੈਲਕਮ ਬੈਕ। ਅਤੇ ਆਪ ਸਬਜ਼ੀ ਨੂੰ ਮੈਂ ਕਿਹਾ ਸੀ ਮੈਂ ਇੱਕ ਸ਼ਰਟ ਦਾ ਹੋਰ ਕੰਬੀਨੇਸ਼ਨ ਕਰਦਾ, ਜਿਵੇਂ ਕਿ ਆਪ ਸਬਜ਼ੀ ਦੇਖ ਰਹੇ ਹੋ ਮੈਂ ਇਹ ਲਾਈਟ ਪਰਪਲ ਕਲਰ ਦੀ ਪੱਗ ਦੇ ਨਾਲ ਲਾਈਟ ਪਰਪਲ ਕੰਬੀਨੇਸ਼ਨ ਦੇ ਵਿੱਚ ਸ਼ਰਟ ਪਾਈ ਹੈ ਅਤੇ ਇਹ ਬਹੁਤ ਹੀ ਵਧੀਆ ਕੰਬੀਨੇਸ਼ਨ ਲੱਗਦਾ। ਜਿਵੇਂ ਕਿ ਅਸੀਂ ਅਗਰ ਕੰਟਰਾਸਟ ਕਰਕੇ ਆਪਣਾ ਕੰਬੀਨੇਸ਼ਨ ਕਰ ਲਈਏ ਤਾਂ ਬਹੁਤ ਵਧੀਆ ਲੱਗਦਾ ਉਹਦੇ ਨਾਲ। ਅਤੇ ਅਗਰ ਆਪ ਵੀਡੀਓ ਪਸੰਦ ਆਇਆ ਹੋਵੇ ਤਾਂ ਜ਼ਰੂਰ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ, ਤਾਂ ਕਿ ਆਪ ਜੀ ਦੇ ਦੋਸਤਾਂ ਦੇ ਬੱਚੇ ਅਤੇ ਹੋਰ ਵੀ ਜਿਹੜੇ ਸੱਜਣ ਬੇਲੀ ਅਤੇ ਛੋਟੇ ਵੱਡੇ ਪੱਗ ਸਿੱਖਣ ਦੇ ਇੱਛੁਕ ਹੈਗੇ ਨੇ ਅਤੇ ਦਸਤਾਰ ਸਜਾਉਣ ਅਜੇ ਨਹੀਂ ਜਾਣਦੇ ਤਾਂ ਉਹ ਇਹ ਵੀਡੀਓ ਨੂੰ ਵੇਖ ਕੇ ਆਸਤੇ ਆਸਤੇ ਦਸਤਾਰ ਸਜਾਉਣਾ ਸਿੱਖ ਸਕਦੇ ਨੇ। ਚਲੋ ਫਿਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।